ਤੇ ਪ੍ਰੋਡਿਊਸਰ ਬਣਨ ਦਾ ਇੱਕ ਰੀਜ਼ਨ ਇਹ ਵੀ ਹੈ ਕਿ ਯਾਰ ਪੇਮੈਂਟਾਂ ਹੀ ਨਹੀਂ ਦਿੰਦੇ ਦੂਜੀਆਂ ਫਿਲਮਾਂ ਵਾਲੇ। ਲੇਖ ਦਾ ਇੱਕ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਕਿ ਜਿਹਦੀ ਮੈਨੂੰ ਪੇਮੈਂਟ ਮਿਲੀ ਹੈ ਅਤੇ ਉਹਦੇ 'ਚ ਕੰਮ ਵੀ ਮੈਂ ਬਹੁਤ ਵਧੀਆ ਕੀਤਾ। ਸਾਡੀਆਂ ਪੇਮੈਂਟਸ ਤੋਂ ਇਲਾਵਾ ਵੀ ਇੱਕ ਪੇਨ ਹੈਗੀ ਹੈ ਕਿ ਅਸੀਂ ਫਿਲਮਾਂ ਕਰਦੇ ਹਾਂ, ਅਸੀਂ ਐਜ਼ ਐਕਟਰ ਕਰਦੇ ਹਾਂ, ਪਰ ਸਾਨੂੰ ਬਾਅਦ 'ਚ ਪਤਾ ਲੱਗਦਾ ਸਾਡੇ ਸਿਕਿਉਰਿਟੀ ਡਿਪਾਰਟਮੈਂਟ ਦੀ ਪੇਮੈਂਟ ਨਹੀਂ ਕਲੀਅਰ ਹੋਈ, ਮੇਕਅਪ ਡਿਪਾਰਟਮੈਂਟ ਦੀ। ਸਾਨੂੰ ਬੜਾ ਦੁੱਖ ਹੁੰਦਾ ਕਿ ਯਾਰ ਅਸੀਂ ਕੰਮ ਕਰ ਰਹੇ ਹਾਂ, ਇਹ ਦੁਆਵਾਂ ਕਿੱਥੋਂ ਦੇਣਗੇ ਜਿਨ੍ਹਾਂ ਦੀਆਂ ਪੇਮੈਂਟਸ ਨਹੀਂ ਕਲੀਅਰ ਹੋਈਆਂ। ਇਹ ਬਹੁਤ ਵੱਡੀ ਤ੍ਰਾਸਦੀ ਹੈ, ਕੋਈ ਪ੍ਰੋਡਿਊਸਰ ਮੇਰੀ ਗੱਲ ਦਾ ਗੁੱਸਾ ਨਾ ਕਰੇ, ਬਟ ਦਿਸ ਇਜ਼ ਦ ਸੈਡੈਸਟ ਰਿਐਲਿਟੀ ਆਫ ਪੰਜਾਬੀ ਸਿਨੇਮਾ। ਖੌਰੇ ਉਹ ਚੁੰਨੀਆਂ ਨੂੰ ਗੋਟੇ ਲਾਉਂਦੀ ਹੋਣੀ ਹੈ, ਸ਼ਗਨਾਂ ਦੀਆਂ ਸੁੱਖਾਂ ਸੁੱਖ ਦੀ ਪੋਟੇ ਵਾਉਂਦੀ ਹੋਣੀ ਹੈ, ਬੁੱਕਲ ਰੱਖ ਸੌਂਦੀ ਹੋਣੀ ਚੰਨ ਸਾਰੇ ਤਾਰੇ ਓ, ਸ਼ੀਸ਼ਿਆਂ ਨੂੰ ਪੁੱਛਦੀ ਹੋਣੀ ਹੁਸਨਾਂ ਦੇ ਬਾਰੇ ਓ। ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਦਾ ਵੈਲਕਮ, ਥੈਂਕ ਯੂ ਤੁਸੀਂ ਸਾਰੇ ਆਏ, ਔਰ ਇਹ ਪਹਿਲੀ ਵਾਰੀ ਹੋ ਰਿਹਾ। ਔਲ ਪੇਰੈਂਟਸ ਟੂ ਮਨੀਸ਼ ਭਾਅ ਜੀ, ਉਹਨਾਂ ਦਾ ਵਿਜ਼ਨ ਹੈ ਕਿ ਪਹਿਲਾਂ ਅਸੀਂ ਟੀਜ਼ਰ ਲਾਂਚ ਕੀਤਾ, ਹੁਣ ਗਾਣੇ ਦੀ ਪ੍ਰੈਸ ਕਾਨਫਰੰਸ ਔਰ ਪ੍ਰੀ ਲਾਂਚਿੰਗ ਹੋ ਰਹੀ ਹੈ। ਇਹ ਗਾਣਾ ਰਿਲੀਜ਼ ਨਹੀਂ ਹੋਇਆ ਔਰ 13 ਨੂੰ ਰਿਲੀਜ਼ ਹੋਣਾ। ਅਸੀਂ ਪਹਿਲਾਂ ਮੀਡੀਆ ਨੂੰ ਦਿਖਾ ਰਹੇ ਹਾਂ ਕਿ ਤੁਸੀਂ ਆਪਣੇ ਆਪਣੇ ਰਿਵਿਊਜ਼ ਆਪਣੇ ਆਪਣੇ ਸਾਈਟਸ 'ਤੇ ਪੋਸਟ ਕਰੋ, ਅਤੇ ਅਸੀਂ ਸਾਰੇ ਬਹੁਤ ਐਕਸਾਈਟਿਡ ਹਾਂ। ਕੱਲ੍ਹ ਮੈਂ ਅਤੇ ਮਨੀਸ਼ ਭਾਅ ਜੀ ਅਸੀਂ ਗੱਲ ਕਰ ਰਹੇ ਸੀ ਫੋਨ 'ਤੇ ਕਿ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਪ੍ਰੋਡਕਟ 'ਤੇ ਤੁਹਾਨੂੰ ਆਪਣਾ ਕੋਨਫੀਡੈਂਸ ਹੋਵੇ ਤਾਂ ਤੁਸੀਂ ਆਪਣੇ ਆਪ ਹੀ ਉਹਨੂੰ ਜ਼ਿਆਦਾ ਪ੍ਰਮੋਟ ਕਰਦੇ ਹੋ। ਅਤੇ ਮੈਂ ਫਿਲਮ, ਪਹਿਲੀ ਫਿਲਮ ਹੈ ਜਿਹੜੀ ਮੈਂ ਫਿਲਮ ਆਉਣ ਤੋਂ ਪਹਿਲਾਂ ਦੇਖ ਚੁੱਕਿਆ, ਡਬਿੰਗ ਤੋਂ ਪਹਿਲਾਂ ਦੇਖ ਚੁੱਕਿਆ, ਅਤੇ ਮੈਂ ਬਹੁਤ ਕੋਨਫੀਡੈਂਟ ਹਾਂ ਔਰ ਮੈਨੂੰ ਇਹ ਲੱਗਦਾ ਕਿ ਹਰ ਇੱਕ ਦਰਵਾਜ਼ਾ ਨੌਕ ਕਰਕੇ ਮੈਂ ਦੱਸਾਂ ਕਿ ਸਾਡੀ ਫਿਲਮ ਆ ਰਹੀ ਹੈ 24 ਮਈ ਨੂੰ, ਤੁਸੀਂ ਸਾਰੇ ਦੇਖਣਾ ਹੋ। ਐਂਡ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਇੰਨੀ ਪਿਆਰੀ ਟੀਮ, ਮਨਵੀਰ ਵੀਰਾ, ਪ੍ਰੀਤ ਸੰਗਰੇੜੀ, ਪ੍ਰਾਂਜਲ, ਮਾਹੀ, ਓਮ ਜੀ ਪ੍ਰੋਡਕਸ਼ਨਸ, ਸੁਰਦਾ, ਜਸਤ, ਅਸੀਂ ਸਾਰੇ ਇਕੱਠੇ ਇਹ ਪ੍ਰੋਜੈਕਟ ਲੈ ਕੇ ਆਏ ਹਾਂ ਔਰ ਅਸੀਂ ਸਾਰੇ ਦਿਲੋਂ ਖੁਸ਼ ਹਾਂ ਔਰ ਦਿਲੋਂ ਕੋਨਫੀਡੈਂਟ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਭਰਪੂਰ ਸਾਥ ਸਾਨੂੰ ਮਿਲੇ ਔਰ ਤੁਹਾਡੇ ਪਿਆਰੇ ਪਿਆਰੇ ਰਿਵਿਊਜ਼ ਤੁਸੀਂ ਸਾਨੂੰ ਦੱਸੋ। ਅਤੇ 13 ਅਪ੍ਰੈਲ ਨੂੰ ਵਿਸਾਖੀ ਦਾ ਸੀਜ਼ਨ ਹੈ ਔਰ ਮੇਰੇ ਖਿਆਲ 'ਚ ਪੰਜਾਬ ਦੇ ਲਈ ਸਭ ਤੋਂ ਖੁਸ਼ੀਆਂ ਦੀ ਗੱਲ, ਖੁਸ਼ੀਆਂ ਦਾ ਮਾਹੌਲ ਇਸ ਮੌਕੇ ਹੁੰਦਾ। ਅਤੇ ਇਹ ਨੱਚਣ ਵਾਲਾ ਗਾਣਾ, ਵਿਸਾਖੀ ਖੁਸ਼ੀਆਂ ਦਾ ਤਿਉਹਾਰ ਹੈ, ਸੋ ਅਸੀਂ ਚਾਹੁੰਦੇ ਹਾਂ ਕਿ ਇਹ ਵਾਲਾ ਤਿਉਹਾਰ ਤੁਸੀਂ ਸਾਡੇ ਗਾਣੇ 'ਤੇ ਭੰਗੜਾ ਪਾ ਕੇ ਮਨਾਓ। ਥੈਂਕ ਯੂ। ਔਰ ਇਹ ਸਾਡਾ ਜੋ ਸੌਂਗ ਹੈ, ਨਾਮ ਵੀ ਦੇਖੋ, ਗੱਭਰੂ ਗੁਲਾਬ ਵਰਗਾ, ਤੇ ਨਾਮ ਵੀ ਬਿਲਕੁਲ ਗੁਲਾਬ ਵਰਗਾ ਹੀ ਹੈ ਨਾ ਸਾਡਾ ਗੱਭਰੂ ਵੀ। ਸੋ ਤਾਲੀਆਂ ਹੋ ਜਾਂਦੀ ਕੋ ਨਾਮ ਵੀ ਕਮੋਰ ਜੀ ਬਣ ਗਏ ਸੋ ਤੁਸੀਂ। ਸੋ ਕਮਿੰਗ ਟੂ ਮਾਹੀ ਸ਼ਰਮਾ, ਸੋ ਮਾਹੀ, ਹਾਊ ਹੈਸ ਬੀਨ ਯੋਰ ਐਕਸਪੀਰੀਅੰਸ? ਮੇਰਾ ਪਹਿਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਅਸੀਂ ਪਹਿਲਾਂ ਮਿਲ ਚੁੱਕੇ ਹਾਂ, ਮੇਰੇ ਤਾਂ ਹੁਣ ਦਿੱਲੀ ਦੇ ਹੋ ਗਿਆ ਕੰਮ, ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ। ਪਹਿਲਾਂ ਮੈਂ ਨਰਵਸ ਸੀਗੀ ਕਿ ਥੋੜ੍ਹਾ ਡਿਫਰੈਂਟ ਕਰੈਕਟਰ ਹੈ, ਪਹਿਲੀ ਵਾਰ ਦਾ ਐਕਸਪੀਰੀਅੰਸ, ਪਹਿਲੀ ਮੂਵੀ ਕੀਤੀ ਹੈ ਪਰ ਉਹ ਪਹਿਲੀ ਨਹੀਂ ਗਿਣੀ ਜਾਣੀ ਕਿਉਂਕਿ ਕੰਮ ਜ਼ਿਆਦਾ ਇਹਦੇ 'ਚ ਹੈ ਅਤੇ ਦੇਖਣ ਨੂੰ ਵੀ ਇਹਦੇ 'ਚ ਹੀ ਬਣਨਾ। ਅਤੇ ਮੈਂ ਐਕਸਾਈਟਿਡ ਹੁਣ ਜ਼ਿਆਦਾ, ਮੈਂ ਹੁਣੇ ਹੀ ਇਹਨਾਂ ਨੂੰ ਕਿਹਾ, ਮੈਂ ਕਿਹਾ ਜੇ ਸਵਾਦ ਆ ਜੇ ਤਾਂ ਤੁਸੀਂ ਅੱਜ ਫਿਲਮ ਵੀ ਦਿਖਾ ਦਿਓ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਮੈਂ ਕਹਿਣਾ ਹੁਣ ਇਹਨਾਂ ਨੂੰ ਵੀ ਕਿਸੇ ਬਹਾਨੇ ਫਿਲਮ ਦੇਖਣ ਦਾ ਬਹਾਨਾ ਚਾਹੀਦਾ ਮੈਨੂੰ। ਹੁਣੇ ਮੈਂ ਕਹਾਂਗੀ ਯਾਰ ਡਬਿੰਗ ਕਰ ਲਓ, ਛੇਤੀ ਕਰ ਲਓ, ਛੇਤੀ ਕਰ ਲਓ, ਮੈਂ ਦੇਖ ਲਵਾਂ ਇੱਕ ਵਾਰ, ਪਰ ਸਵਾਦ ਆ ਰਿਹਾ, ਬਹੁਤ ਸਵਾਦ ਆ ਰਿਹਾ। ਅੱਛਾ,
ਕਿੰਨਾ ਟਾਈਮ ਲੱਗਿਆ ਕੈਰੈਕਟਰ ਦੇ ਵਿੱਚ ਐਡਜਸਟ ਕਰਨ ਲਈ ਔਰ ਕਿੰਨੀ ਨੈਚੁਰਲ ਤੁਹਾਨੂੰ ਲੱਗਿਆ ਕਿ ਮੇਰੇ ਨਾਲ ਇਹ ਕੋਰਿਲੇਟ ਹੁੰਦਾ ਹੈ? ਉਹ ਹੁਣ ਨਾ ਮੇਰੇ ਤੋਂ ਬੋਲ ਹੋ ਜਾਣਾ ਪਰ ਮੈਂ ਦੱਸਣਾ ਨਹੀਂ ਕਿ ਉਹ ਕੀ ਚੀਜ਼ ਹੈ ਕਿਉਂਕਿ ਹਾਲੇ ਟ੍ਰੇਲਰ ਨਹੀਂ ਆਇਆ ਅਤੇ ਮੈਨੂੰ ਜ਼ਿਆਦਾ ਨਹੀਂ ਲੱਗਿਆ ਟਾਈਮ ਕਿਉਂਕਿ ਅੱਧੀਆਂ ਚੀਜ਼ਾਂ ਮੇਰੇ 'ਚ ਹੈਗੀਆਂ ਨੇ ਉਹ ਜਿੱਦਾਂ ਦਾ ਕਰੈਕਟਰ ਹੈਗਾ ਅਤੇ ਹਾਂਜੀ ਇਹ 24 ਘੰਟੇ ਹੁੰਦੇ ਹੈ ਅਤੇ ਉਹ ਚੀਜ਼ਾਂ ਅੱਧੀਆਂ ਹੈਗੀਆਂ ਉਹਦੇ 'ਚ ਅਤੇ ਮੈਨੂੰ ਜ਼ਿਆਦਾ ਮਤਲਬ ਹਾਂ ਮੇਰੇ ਉੱਤੇ ਇਹ ਜ਼ਰੂਰ ਬਰਡਨ ਸੀ ਕਿ ਅਫਕੋਰਸ ਗੁਰਨਾਮ ਬਹੁਤ ਅੱਛੇ ਐਕਟਰ ਨੇ ਅਤੇ ਮੈਨੂੰ ਇਹ ਜ਼ਰੂਰ ਹੁੰਦਾ ਸੀ ਕਿ ਯਾਰ ਇਹਨਾਂ ਅੱਗੇ ਪਰਫੋਰਮ ਕਰਨਾ ਕਿਤੇ ਕੋਈ ਕਮੀ ਨਾ ਰਹਿ ਜੇ ਕਿਉਂਕਿ ਰੋਮੈਂਟਿਕ ਹੀਰੋ ਨੇ ਸਾਰਾ ਕੁਛ ਬੰਦਾ ਕਰ ਲੈਂਦਾ ਜਿਹੜੀ ਰੋਮੈਂਟਿਕ ਵਾਲੀ ਵਾਈਬ ਹੈ ਨਾ ਉਹ ਕਿਤੇ ਕਿਤੇ ਆਉਂਦੀ ਹੈ ਜਾਂ ਕਿਸੇ ਕਿਸੇ ਨੂੰ ਹੀ ਆਉਂਦੀ ਹੈ ਅਤੇ ਮੈਨੂੰ ਉਹ ਚੀਜ਼ ਦਾ ਵੀ ਡਰ ਸੀ ਬਾਕੀ ਆਪਣਾ ਰੋਮੈਂਸ ਹੈਗਾ ਨਹੀਂ ਹੈਗਾ ਉਹ ਚਲੋ ਤੁਸੀਂ ਮੂਵੀ 'ਚ ਦੇਖ ਲਿਓ ਪਹਿਲਾਂ ਗੱਲ ਤਾਂ ਕਰੋ ਓਨੀ ਦੇਰ ਮੈਂ ਯਾਦ ਕਰ ਲਾ ਪਹਿਲੇ ਤੋਂ ਰਾਮ ਰਾਮ ਸਭੀ ਕੋ ਬਹੁਤ ਅੱਛਾ ਲੱਗਾ ਫਸਟ ਮੂਵੀ ਹੈ ਮੇਰੀ ਮੈਂ ਬਹੁਤ ਜ਼ਿਆਦਾ ਨਰਵਸ ਸੀ ਮੈਂ ਯਹਾਂ ਬੈਠ ਕੇ ਵੀ ਬਹੁਤ ਜ਼ਿਆਦਾ ਨਰਵਸ ਹੂੰ ਕਿਉਂਕਿ ਇਨਨੇ ਤਾਂ ਫਿਲਮ ਕਰੀ ਵੀ ਹੈ ਮੇਰੀ ਪਹਿਲੀ ਫਿਲਮ ਸੀ ਜਬ ਮੂਵੀਜ਼ ਮੈਂ ਗਾਣੇ ਆ ਰਹੇ ਸੀ ਜਬ ਤੋਂ ਮੈਂ ਹੋਟਲ ਦੇਖੀ ਸੀ ਹਾਂ ਠੀਕ ਹੈ ਗਾਣੇ ਹੈ ਗਾਣੇ ਤੋਂ ਮੈਂ ਕਰ ਲੂੰਗੀ ਔਰ ਫਿਲਮ ਕੇ ਲਈ ਮੈਂ ਬਹੁਤ ਜ਼ਿਆਦਾ ਨਰਵਸ ਸੀ ਬਹੁਤ ਜ਼ਿਆਦਾ ਹੱਦ ਸੇ ਜ਼ਿਆਦਾ ਬਿਕੋਜ਼ ਇਨਕੇ ਸਾਥ ਕਾਮ ਕਰਨਾ ਮਾਹੀ ਕੇ ਸਾਥ ਕਾਮ ਕਰਨਾ ਬਿਕੋਜ਼ ਇਨਨੇ ਤੋਂ ਫਿਲਮ ਕਰੀ ਹੋਈ ਹੈ ਮੇਰੀ ਪਹਿਲੀ ਥੀ ਔਰ ਮੂਵੀ ਕਰਨੇ ਕੇ ਬਾਅਦ ਮੈਨੂੰ ਬਹੁਤ ਜ਼ਿਆਦਾ ਅੱਛਾ ਰਿਸਪੋਂਸ ਮਿਲਾ ਲਾਈਕ ਅਭੀ ਸਭ ਨੇ ਮੂਵੀ ਦੇਖੀ ਵੀ ਨਹੀਂ ਹੈ ਟ੍ਰੇਲਰ ਵੀ ਨਹੀਂ ਆਇਆ ਹੈ ਪੋਸਟ ਰਿਲੀਜ਼ ਜਾਂ ਜੋ ਵੀ ਗਾਣੇ ਹਮਾਰੀ ਜੋ ਲਾਸਟ ਮੀਟਅਪ ਹੋਇਆ ਤਾਂ ਕਾਲਜ ਮੈਂ ਉਸਕਾ ਰਿਸਪੋਂਸ ਦੇਖ ਕੇ ਲੋਕਾਂ ਨੇ ਇਤਨਾ ਸਪੋਰਟ ਕਰਿਆ ਤੋ ਮੈਨੂੰ ਲੱਗਦਾ ਹੈ ਕਿ ਲੋਕੋ ਹਮਾਰੀ ਫਿਲਮ ਅੱਛੀ ਲੱਗੇਗੀ ਐਂਡ ਥੈਂਕਸ ਟੂ ਡਾਇਰੈਕਟਰ ਬਿਕੋਜ਼ ਯੇ ਨਹੀਂ ਹੋਤੇ ਔਰ ਮੈਂ ਕੋਈ ਇਤਨਾ ਸਪੋਰਟ ਨਹੀਂ ਕਰਾ ਹੋਤਾ ਤੋ ਮੈਂ ਸ਼ਾਇਦ ਨਹੀਂ ਕਰ ਪਾਤੀ ਟੇਕ ਥਾ ਮੈਨੇ ਉਸਮੇ ਸ਼ਾਇਦ 25 ਰੀਟੇਕ ਵੀ ਦੀ ਹੈ ਐਂਡ 24 ਰੀਟੇਕ ਵੀ ਮੇਰਾ ਨਹੀਂ ਨਹੀਂ ਬਣਾ ਬਹੁਤ ਅੱਛਾ ਹੋਏਗਾ ਇੱਦਾਂ ਨਹੀਂ ਨਹੀਂ ਬਹੁਤ ਅੱਛਾ ਹੋਏਗਾ ਮੈਂ ਇਤਨੀ ਜ਼ਿਆਦਾ ਨਰਵਸ ਸੀ ਤੋ ਮੈਨੂੰ ਟੀਮ ਨੇ ਇਤਨਾ ਸਪੋਰਟ ਕਰਾ ਹੈ ਹੋਪ ਆਪ ਲੋਕੋ ਕੋ ਵੀ ਅੱਛੀ ਲੱਗੇਗੀ ਪਸੰਦ ਵੀ ਆਏਗੀ ਤੋ ਬਸ ਪਹਿਲੀ ਮੂਵੀ ਮੈਂ ਕੀਤੀ ਸੀ ਮੈਂ ਤੇ ਬਾਪੂ ਜਿਹਦੇ ਜਿਹੜੇ ਲੱਟ ਟੁੱਟ ਗਈ ਸੀ ਤੇ ਬਾਈ ਉਹਨਾਂ ਦੀ ਸੀ ਭਾਈ ਜੀ ਦੀ ਫਿਲਮ ਉਹ ਤੇ ਮੈਨੂੰ ਚਾਅ ਬਹੁਤ ਸੀਗਾ ਜੀ ਪਹਿਲੀ ਫਿਲਮ ਸੀ ਤੇ ਮੈਂ ਕਿਹਾ ਵੀ ਬਾਈ ਮੈਂ ਕਰਕੇ ਐਕਸੀਡੈਂਟ ਹੋ ਗਿਆ ਉਹ ਫੋਟੋ ਤੋਂ ਭੇਜੀਆਂ ਮੈਂ ਉਹ ਕਹਿੰਦੇ ਕਿ ਨਹੀਂ ਆਪਣਾ ਪੋਸੀਬਲ ਨਹੀਂ ਹੋਣਾ ਤੁਸੀਂ ਨੈਕਸਟ ਟਾਈਮ ਟਰਾਈ ਕਰ ਲਓ ਮੈਂ ਕਿਹਾ ਮਸਾਂ ਦਾ ਫੋਨ ਆਇਆ ਨੈਕਸਟ ਟਾਈਮ ਮੈਨੂੰ ਨਹੀਂ ਪਤਾ ਵੀ ਹਾਂ ਕਦੇ ਆਉਣਾ ਨਹੀਂ ਆਉਣਾ ਮੈਂ ਹਾਕੀ ਜੀ ਲੈ ਕੇ ਪਹੁੰਚ ਗਿਆ ਉੱਥੇ ਕਲਾਸ ਕਰਾ ਕੇ ਤੇ ਉਹ ਕਹਿੰਦੇ ਵੀ ਸੀਨ ਤਾਂ ਵੀ ਲਿਖਿਆ ਜੀ ਮੈਂ ਬਾਈ ਜਿਵੇਂ ਮਰਜ਼ੀ ਕਰੋ ਤੁਸੀਂ ਆਪਣਾ ਕਰੋ ਯਾਰ ਵੀ ਹੁਣ ਮੈਂ ਪਹੁੰਚ ਗਿਆ ਹੈਗਾ ਕਹਿੰਦਾ ਕੋਈ ਨਹੀਂ ਫਿਰ ਦੇਖ ਲਿਖਦੇ ਹਾਂ ਸ਼ਾਮ ਤੱਕ ਬੈਠ ਰਹੇ ਉਹ ਸੀਨ ਮੈਂ ਕੀਤੇ ਮੈਂ ਕਿਹਾ ਚਲੋ ਜਦੋਂ ਵਾਰੀ ਆਊਗੀ ਨਾ ਤੇ ਇੰਟਰਵਿਊ ਦੇ ਵਿੱਚ ਦੱਸੂਗਾ ਵੀ ਕਿੰਨਾ ਸਟਰਗਲ ਕੀਤਾ ਯਾਰ ਮੈਂ ਜਾ ਕੇ ਤਾਂ ਵੀਡੀਓ ਵੀ ਬਣਾਈਆਂ ਮੈਂ ਸਨੈਪਚੈਟ ਤੇ ਵਿਆਹ ਹੋਇਆ ਹੋਇਆ ਪਰ ਉਦੋਂ ਮੌਕਾ ਨਹੀਂ ਮਿਲਿਆ ਜੀ ਉਹ 1.5 ਸਾਲ ਹੋ ਗਿਆ ਨੀ 2 ਸਾਲ ਹੋ ਗਏ ਅੱਜ ਮੈਂ ਦੱਸ ਰਿਹਾ ਤੇ ਬਹੁਤ ਵਧੀਆ ਜੀ ਬਾਈ ਉਹਨਾਂ ਦਾ ਜਿਵੇਂ ਕਹਿ ਲਓ ਵੀ ਪੇਮੈਂਟ ਵੀ ਬਹੁਤ ਵਧੀਆ ਨੇ ਸਨੈਪਚੈਟ ਦੇ ਦਿੰਦੇ ਇਹ ਵੀ ਹੈਗਾ ਵੀ ਕਿਉਂ ਵੀ ਇੰਡਸਟਰੀ ਸੁਣਦੇ ਵੀ ਉਹਨੇ ਪੈਸੇ ਰੱਖ ਲਏ ਹੋਇਆ ਵੀ ਹੈ
ਤੇ ਬਹੁਤ ਵਧੀਆ ਜੀ ਮਾਹੌਲ ਜਿਹੜਾ ਪਹਿਲਾਂ ਤਾਂ ਪੇਮੈਂਟ ਦਾ ਹੀ ਹੁੰਦਾ, ਮਜ਼ਾ ਆਉਂਦਾ ਜਿਹੜੀ ਸੱਚੀ ਗੱਲ ਆ। ਤੇ ਬਾਕੀ ਜਿਵੇਂ ਕੰਫਰਟੇਬਲ ਤਾਂ ਜਿਵੇਂ ਤੁਹਾਨੂੰ ਦੱਸਿਆ ਵੀ ਉਹਨਾਂ ਸਾਰਿਆਂ ਨੇ ਕੀਤਾ ਜੀ, ਤੇ ਜਿਵੇਂ ਮੈਮ ਨੇ ਕਿਹਾ ਵੀ ਪਹਿਲੀ ਫਿਲਮ ਸੀ ਜਿਹਦੇ 'ਚ ਦਿਖੇ ਆ, ਤੇ ਮੈਂ ਵੀ ਕਹਿੰਦਾ ਵੀ ਮੇਰੀ ਪਹਿਲੀ ਫਿਲਮ ਸੀ ਤੋਂ ਪਹਿਲਾਂ ਦੋ ਤਿੰਨ ਆਈਆਂ ਸ਼ਾਇਦ, ਇੱਕ ਤਾਂ ਮੈਂ ਵੀ ਨਾ ਭੁੱਲ ਗਿਆ ਕਿਉਂਕਿ ਥੈਂਕ ਯੂ ਵੀਰੇ, ਵੈਲਕਮ ਜੀ ਵੈਲਕਮ। ਸਾਡੀ ਡਾਈਨਿੰਗ ਟੇਬਲ ਤੇ ਤੁਹਾਡੀ ਫਿਲਮ ਤੋਂ ਬਗੈਰ ਅਸੀਂ ਰੋਟੀ ਨਹੀਂ ਖਾਂਦੇ। ਕੀ ਬਾਤ ਹੈ, ਤੇ ਤੁਹਾਨੂੰ ਮੈਂ ਸੱਚੀ ਦੱਸ ਰਿਹਾ ਲੇਟ ਫਿਲਮ ਤੁਹਾਡੀ ਕੱਲ ਚੱਲੀ ਹੈ ਅੱਜ ਚੱਲੀ ਹੈ ਜੀ ਜਿੰਨੀ ਕਰੰਦੀ। ਥੈਂਕ ਯੂ ਬੈਰਮ, ਬੜੀ ਵਾਰ ਦੇਖੀ ਗਈ ਨਹੀਂ ਹੈ। ਥੈਂਕ ਯੂ ਬੜੇ ਸੌਂਗ ਸੁਰਖੀ ਬਿੰਦੀ ਹੋ ਗਿਆ, ਇਹ ਸੌਂਗ ਤੁਹਾਡਾ ਬਹੁਤ ਜ਼ਿਆਦਾ ਲੁਕੰਡੇ ਖੜੇ ਹੈ ਜੀ ਸਾਡੇ 13 ਤਰੀਕ ਲਾਂਚ ਹੋ ਰਿਹਾ, ਮੀਡੀਆ ਨੇ ਪਹਿਲੇ ਸੁਣ ਲਿਆ ਜੀ ਰਾਈਟ। ਤੁਹਾਡੇ ਤੋਂ ਕੁਐਸਚਨ ਇਹ ਹੈ ਕਿ ਤੁਸੀਂ ਅਸੀਂ ਸੁਣਾ ਕੇ ਜ਼ਰੂਰ ਹੈ ਤੁਹਾਡੇ ਤੋਂ ਲਾਈਵ ਸੁਣਨਾ ਹੈ, ਤੁਹਾਡੇ ਦੀਵਾਨੇ ਬੈਠੇ ਇੱਥੇ ਜੀ ਰਾਈਟ। ਸੋ ਤੁਹਾਡਾ ਜਿਹੜਾ ਇੱਕ ਕਰੈਕਟਰ ਹੈ ਰੋਜ਼ ਰੋਜ਼ ਹੀ ਤਾਂ ਸਮਝ ਆ ਗਿਆ ਆਈ ਥਿੰਕ, ਦੋ ਗਰਲਸ ਦੇ ਨਾਮ ਹੈ ਸ਼ਾਇਦ ਜੀ। ਨਹੀਂ ਸਰ ਮੈਂ ਵੀ ਗੁਲਾਬ ਰੋਜ਼ੀ ਦਾ ਪਾਏ ਹੈ ਸਰ, ਗੁਲਾਬ ਸਿੰਘ ਮੇਰਾ ਨਾਮ ਜੀ ਵਿੱਚ ਉਹਦੇ ਆਧਾਰ ਕਾਰਡ ਦੇ ਵਿੱਚ ਉਹਦੇ ਆਲੇ ਦੁਆਲੇ ਸਰ ਦੱਸਦਾ। ਹਾਂ ਚਲੋ ਮੈਂ ਸਾਨੂੰ ਪੁੱਛ ਨਹੀਂ ਆ ਗਏ ਸਰ, ਤੁਸੀਂ ਦੱਸੋ ਸਰ ਇਸ ਫਿਲਮ ਦੇ ਵਿੱਚ ਤੁਹਾਡਾ ਕੀ ਕਰੈਕਟਰ ਰਹੇਗਾ, ਤੁਹਾਡੀ ਲਵ ਸਟੋਰੀ ਜਿਹੜੀ ਤੁਸੀਂ ਐਸ ਆਰ ਕੇ ਮੰਨੀ ਜਾਂਦੇ ਹੋ ਪੰਜਾਬੀ ਫਿਲਮਾਂ ਉਹ ਬਾਸੀ ਥੈਂਕ ਯੂ ਲਵ ਲਵ ਬੋਏ ਹੈ ਜਿਹੜੀ ਪਾਜਲਕਾ ਦਾ ਹੁੰਦਾ ਔਰ ਇੰਨਾ ਪਿਆਰ ਤੁਸੀਂ ਉੱਥੇ ਦੀ ਸ਼ਹਿਰ ਦੇ। ਹਾਂਜੀ ਭਾਜੀ ਮੈਂ ਕੈਰੈਕਟਰ ਬਾਰੇ ਮੈਂ ਚਾਹੁੰਦਾ ਨਹੀਂ ਕਿ ਮੈਂ ਕੁਛ ਵੀ ਤੁਹਾਨੂੰ ਦੱਸਾਂ, ਮੈਂ ਚਾਹੁੰਦਾ ਕਿ ਤੁਸੀਂ ਗਾਣੇ ਸੁਣੋ, ਟ੍ਰੇਲਰ ਦੇਖੋ ਤੇ ਫਿਲਮ ਦੇਖੋ। ਮੈਂ ਬਸ ਇਹੀ ਕਹੂੰਗਾ ਕਿ ਇਸ ਫਿਲਮ ਬਾਰੇ ਮੈਂ ਇੱਕ ਚੀਜ਼ ਕਹਿ ਸਕਦਾ ਕਿ ਬਹੁਤ ਵਾਰੀ ਮੇਕਰਸ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਆ ਕਿ ਯਾਰ ਇੱਦਾਂ ਦੀ ਫਿਲਮ ਅਸੀਂ ਬਣਾਈ ਹੈ ਕਮਾਲ ਹੈ, ਬਟ ਆਈ ਥਿੰਕ ਕਿ ਇੱਕ ਸਿੰਪਲ ਸ਼ਬਦ 'ਚ ਮੈਂ ਕਹਾਂ ਕਿ ਹਰ ਬੰਦੇ ਦੀ ਬੜੀ ਹਾਰਡ ਅਰਨਿੰਗ ਮਨੀ ਹੈ, ਅਤੇ ਸਾਡੇ ਲਈ ਜਿਹੜਾ ਬੰਦਾ ਫਿਲਮ ਵੇਖਣ ਆਉਂਦਾ 200 ਰੁਪਇਆ 300 ਰੁਪਇਆ ਵੀ ਬਹੁਤ ਮੈਟਰ ਕਰਦਾ। ਅਤੇ ਇਹ ਮੇਰਾ ਵਾਅਦਾ ਹੈ ਤੁਹਾਡੇ ਨਾਲ ਕਿ ਤੁਸੀਂ ਪੂਰਾ ਪੈਸਾ ਵਸੂਲ ਹੈ, ਮਤਲਬ ਪ੍ਰੋਪਰ ਐਂਟਰਟੇਨਮੈਂਟ ਇੱਕ ਫਿਲਮ 'ਚ ਜੋ ਚੀਜ਼ਾਂ ਹੋਣੀਆਂ ਚਾਹੀਦੀਆਂ, ਜਿਵੇਂ ਦਾ ਕਲਾਈਮੈਕਸ ਹੋਣਾ ਚਾਹੀਦਾ ਕਿ ਤੁਹਾਨੂੰ ਬੰਨ ਕੇ ਬਿਠਾ ਲਏ, ਹੈ ਨਾ, ਤੁਸੀਂ ਅਖੀਰਲੇ 20 ਮਿੰਟ ਫਿਲਮ ਦੇ ਤੁਹਾਡਾ ਦਿਲ ਨਹੀਂ ਕਰੂਗਾ ਕਿ ਤੁਸੀਂ ਕੁਰਸੀ ਤੋਂ ਹਿੱਲ ਵੀ ਜਾਓ। ਔਰ ਕੌਮੇਡੀ, ਐਂਟਰਟੇਨਮੈਂਟ, ਰੋਮੈਂਸ, ਹਰ ਉਹ ਚੀਜ਼ ਤੁਹਾਨੂੰ ਇਸ ਫਿਲਮ 'ਚ ਮਿਲੂਗੀ। ਤੁਸੀਂ ਬੰਦੇ ਹੋ ਨਾ, ਤੁਸੀਂ ਐਸ ਆਰ ਕੇ ਮਤਲਬ ਲਵਰ ਬੋਏ ਆਫ ਉਹਨਾਂ ਦੇ ਤਾਂ ਮੈਂ ਪੈਰ ਵਰਗਾ ਵੀ ਨਹੀਂ, ਬਟ ਤੁਸੀਂ ਮੈਨੂੰ ਇਹ ਬਲੈਸਿੰਗਸ ਦਿੰਦੇ ਰਹੋ, ਉਹਨਾਂ ਦੇ ਨੇੜੇ ਤੇੜੇ ਸ਼ਾਇਦ ਕਦੀ ਪਹੁੰਚ ਜਾਊਗੀ। ਮੈਂ ਸਿਰਫ ਇੱਕ ਲਾਸਟ ਕੁਐਸਚਨ ਹੈ ਮੇਰਾ, ਤੁਸੀਂ ਹਰਿਆਣਾ ਦਾ ਜਾਣਿਆ ਮਾਣਿਆ ਨਾਮ, ਪੰਜਾਬੀ ਫਿਲਮ ਕੀਤੀ ਹੈ, ਪੰਜਾਬੀ ਦਾ ਇੱਕ ਅੱਧਾ ਡਾਇਲੌਗ ਜ਼ਰੂਰ ਸੁਣਾਂਗੇ, ਦੱਸ ਤੋਂ ਬਾਅਦ ਤੁਹਾਨੂੰ ਮਾਈਕ ਪਾਸ ਕਰ। ਚਾਹੇ ਉਹ ਸਾਊਥ ਦੇ ਨੇ, ਚਾਹੇ ਬਾਲੀਵੁੱਡ ਦੇ ਨੇ, ਚਾਹੇ ਪੰਜਾਬ ਦੇ ਨੇ, ਸੋ ਉਹਨਾਂ ਤੋਂ ਰੀਜ਼ਨ ਇਹ ਪਤਾ ਲੱਗਦਾ ਹੈ ਕਿ ਅਸੀਂ ਪ੍ਰੋਡਿਊਸਰ ਤਾਂ ਬਣੇ, ਅਸੀਂ ਜਿਹੜੀ ਕਲਾ ਹੈ ਸਾਡੀ ਉਹਨੂੰ ਖੁੱਲ੍ਹ ਕੇ ਵਿਖਾਉਣਾ ਚਾਹੁੰਦੇ ਹਾਂ, ਆਪਣੇ ਤਰੀਕੇ ਦਾ ਸਮਾਂ ਬਣਾਉਣਾ ਚਾਹੁੰਦੇ ਹਾਂ। ਸੋ ਇਸ ਫਿਲਮ ਦੌਰਾਨ ਆਪਾਂ ਵੇਖ ਰਹੇ ਹਾਂ ਕਿ ਤੁਹਾਡੇ ਅੰਦਰ ਜਿਹੜਾ ਗੁੱਡ ਪ੍ਰੋਡਿਊਸਰ ਆ, ਹੈ ਨਾ, ਇੱਕ ਬਿਜ਼ਨਸਮੈਨ ਆ, ਉਹ ਨਿਕਲ ਰਿਹਾ ਜਿਹੜੀ ਕਿ ਬਹੁਤ ਚੰਗੀ ਗੱਲ ਆ। ਸੋ ਇਹ ਜਿਹੜਾ ਅੰਦਰ ਗੁੱਡ ਬਿਜ਼ਨਸਮੈਨ ਆ, ਇਹ ਕਿਵੇਂ ਨਿਖਾਰਿਆ, ਮਤਲਬ ਮਨੀਸ਼ ਭਾਜੀ ਦੀ ਦੋਸਤੀ ਤਾਂ ਔਫਕੋਰਸ ਹੈਗੀ ਆ, ਨਾਲ ਨਾਲ ਹੋਰ ਕੀ ਰੀਜ਼ਨ ਰਹੇ ਨੇ ਉਹ ਵੀ ਦੱਸ ਦਿਓ, ਤੇ ਇਸ ਫਿਲਮ ਦੇ ਵਿੱਚ ਦੇ ਲਈ ਮਤਲਬ ਤੁਸੀਂ ਇੰਨਾ ਜ਼ਿਆਦਾ
ਮਤਲਬ ਪ੍ਰੋਡਿਊਸਰ ਹੋਣ ਦੇ ਕਾਰਨ ਮਤਲਬ ਇਹਦਾ ਤਾਂ ਕੰਫੀਡੈਂਟ ਹੈ ਤੁਹਾਨੂੰ ਹਨਾ, ਤਾਂ ਕਿੰਨੀਆਂ ਰਿਜ਼ਲਟ ਕਿੰਨੇ ਚੰਗੇ ਆਏ ਪ੍ਰੋਡਿਊਸਰ ਬਣ ਕੇ ਫਿਲਮ ਬਣਾਉਣ ਯਾਰ? ਮਨੀਸ਼ ਭਾਜੀ ਦੇ ਮੈਨੂੰ ਯਾਦ ਹੈ ਸੁਰਖੀ ਬਿੰਦੀ ਦੇ ਪ੍ਰੀਮੀਅਰ ਤੋਂ ਵੈਰੀ ਨੈਕਸਟ ਡੇ ਅਸੀਂ ਮਿਲੇ ਸੀ, ਪਹਿਲੀ ਵਾਰੀ ਅਸੀਂ ਉਦੋਂ ਮਿਲੇ ਸੀ। ਅਸੀਂ ਬਹੁਤ ਵਾਰ ਮਿਲਦੇ ਹਾਂ ਫਿਲਮਾਂ ਤੋਂ ਬਿਨਾਂ, ਸਾਡਾ ਇੱਕ ਉਹ ਮੈਨੂੰ ਐਜ਼ ਅ ਸਨ ਕਹਿ ਲਓ, ਛੋਟਾ ਬ੍ਰਦਰ ਕਹਿ ਲਓ, ਅਸੀਂ ਬਹੁਤ ਇੱਕ ਦੂਜੇ ਨਾਲ ਡਿਸਕਸ ਕਰਦੇ ਹਾਂ। ਫਿਲਮ ਸਾਡੀ ਪਹਿਲੀ ਹੈ ਬਟ ਅਸੀਂ ਇੱਕ ਬੌਂਡ ਸ਼ੇਅਰ ਕਰਦੇ ਹਾਂ। ਅਤੇ ਪ੍ਰੋਡਿਊਸਰ ਬਣਨ ਦਾ ਇੱਕ ਰੀਜ਼ਨ ਇਹ ਵੀ ਹੈ ਕਿ ਯਾਰ ਪੇਮੈਂਟਾਂ ਹੀ ਨਹੀਂ ਦਿੰਦੇ ਦੂਜੀਆਂ ਫਿਲਮਾਂ ਵਾਲੇ। ਸੋ ਮੈਨੂੰ ਲੇਖ ਦਾ ਇੱਕ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਹੈ ਕਿ ਜਿਹਦੀ ਮੈਨੂੰ ਪੇਮੈਂਟ ਮਿਲੀ ਹੈ ਤਾਂ ਉਹਦੇ 'ਚ ਕੰਮ ਵੀ ਮੈਂ ਬਹੁਤ ਵਧੀਆ ਕੀਤਾ। ਇਹ ਚਲੋ ਮਜ਼ਾਕ ਦੀ ਗੱਲ ਹੈ, ਬਟ ਹਾਂ ਸਾਡੀਆਂ ਪੇਮੈਂਟਸ ਤੋਂ ਇਲਾਵਾ ਵੀ ਇੱਕ ਪੇਨ ਹੈਗੀ ਹੈ ਕਿ ਅਸੀਂ ਫਿਲਮਾਂ ਕਰਦੇ ਹਾਂ, ਅਸੀਂ ਐਜ਼ ਐਕਟਰ ਕਰਦੇ ਹਾਂ, ਪਰ ਸਾਨੂੰ ਬਾਅਦ 'ਚ ਪਤਾ ਲੱਗਦਾ ਸਾਡੇ ਸਿਕਿਉਰਿਟੀ ਡਿਪਾਰਟਮੈਂਟ ਦੀ ਪੇਮੈਂਟ ਨਹੀਂ ਕਲੀਅਰ ਹੋਈ, ਮੇਕਅਪ ਡਿਪਾਰਟਮੈਂਟ ਦੀ ਐਮ, ਔਰ ਉਹ ਬੰਦੇ ਸਾਡੇ ਨਾਲ ਉਹਨਾਂ ਦਾ ਘਰ ਸਾਡੇ ਥਰੂ ਚੱਲਦਾ, ਤਾਂ ਸਾਨੂੰ ਬੜਾ ਦੁੱਖ ਹੁੰਦਾ ਕਿ ਯਾਰ ਅਸੀਂ ਕੰਮ ਕਰ ਰਹੇ ਹਾਂ, ਇਹ ਦੁਆਵਾਂ ਕਿੱਥੋਂ ਦੇਣਗੇ ਜਿਨ੍ਹਾਂ ਦੀਆਂ ਪੇਮੈਂਟਸ ਨਹੀਂ ਕਲੀਅਰ ਹੋਈਆਂ। ਇਹ ਬਹੁਤ ਵੱਡੀ ਤ੍ਰਾਸਦੀ ਹੈ, ਕੋਈ ਪ੍ਰੋਡਿਊਸਰ ਮੇਰੀ ਗੱਲ ਦਾ ਗੁੱਸਾ ਨਾ ਕਰੇ, ਬਟ ਦਿਸ ਇਜ਼ ਦ ਸੈਡੈਸਟ ਰਿਐਲਿਟੀ ਆਫ ਪੰਜਾਬੀ ਸਿਨੇਮਾ ਕਿ ਪੇਮੈਂਟਸ ਨਹੀਂ ਕਲੀਅਰ ਹੁੰਦੀਆਂ। ਮੇਰਾ ਪੇਮੈਂਟ ਮੇਰਾ ਪ੍ਰੋਡਿਊਸਰ ਬਣਨ ਦਾ ਇੱਕ ਰੀਜ਼ਨ ਇਹ ਵੀ ਸੀ, ਬਟ ਇਸ ਤੋਂ ਪਹਿਲਾਂ ਰੀਜ਼ਨ ਇਹ ਸੀਗਾ ਕਿ ਮੈਂ ਉਹ ਪ੍ਰੋਸੈਸ ਨੂੰ ਇੰਜੋਏ ਨਹੀਂ ਕੀਤਾ ਹੁਣ ਤੱਕ ਫਿਲਮ ਮੇਕਿੰਗ ਦੇ। ਮਨੀਸ਼ ਭਾਜੀ ਅਤੇ ਮੈਂ, ਭਾਜੀ ਨੇ ਕਿਹਾ ਕਿ ਭਾਜੀ ਫਿਲਮ ਦਾ ਰਿਜ਼ਲਟ ਜੋ ਵੀ ਹੋਏਗਾ ਉਹ ਸਾਡੇ ਹੱਥ 'ਚ ਨਹੀਂ, ਵਾਹਿਗੁਰੂ ਦੇ ਹੱਥ 'ਚ, ਪਰ ਤੁਸੀਂ ਉਹ ਜਰਨੀ ਨੂੰ ਇੰਜੋਏ ਕਰੋਗੇ। ਔਰ ਜਨਰਲੀ ਸੇਇੰਗ ਕਿ 23 ਮਈ ਤੱਕ ਮੇਰੇ ਦਿਮਾਗ 'ਚ ਫਿਲਮ ਸੁਪਰ ਹਿੱਟ ਹੈ, ਔਰ ਮੈਂ ਹਰ ਇੱਕ ਦਿਨ ਸ਼ੂਟ 'ਤੇ ਐਂ ਇੰਜੋਏ ਕੀਤਾ। ਸੱਚੀ ਮੁੱਚੀ ਸਾਡਾ ਦਿਲ ਨਹੀਂ ਸੀ ਕਰਦਾ ਯਾਰ ਅਸੀਂ ਜਾਈਏ ਜਦੋਂ ਸ਼ੂਟ ਖਤਮ ਹੋਇਆ ਨਾ। ਪ੍ਰੋਡਿਊਸਰ ਬਣ ਕੇ ਨਾ ਆਰਟਿਸਟ 8 ਵਜੇ ਦਾ ਕਾਲ ਟਾਈਮ ਹੁੰਦਾ ਤੇ 7 ਵਜੇ ਹੀ ਪਹੁੰਚ ਜਾਂਦੇ, ਇੱਕ ਲਈ ਬੜਾ ਫਾਇਦਾ ਹੁੰਦਾ। ਉਹ ਤੁਸੀਂ ਮੇਰਾ ਕਿਸੇ ਵੀ ਪ੍ਰੋਡਿਊਸਰ ਨੂੰ ਪੁੱਛ ਸਕਦੇ ਹੋ, ਮੈਂ ਟਾਈਮ ਤੇ ਪਹੁੰਚਦਾ, ਮੈਂ ਕਦੀ 5 ਮਿੰਟ ਵੀ ਲੇਟ ਨਹੀਂ ਹੁੰਦਾ, ਮੈਂ ਤਾਂ ਪ੍ਰੋਡਿਊਸਰ ਹੋਵਾਂ ਜਾਂ ਨਾ ਹੋਵਾਂ। ਬਟ ਹਾਂ, ਆਪਣੀ ਫਿਲਮ 'ਚ ਤੁਸੀਂ ਬਾਕੀ ਆਰਟਿਸਟਾਂ ਨੂੰ ਫੋਨ ਕਰਦੇ ਵੀ ਆ ਜਾਓ, ਇਹ ਗੱਲ ਸਾਡੇ। ਹਾਂ, ਸੋ ਮੈਂ ਫਿਲਮ 'ਚ ਕੋਆਰਡੀਨੇਟਰ ਦਾ ਕੰਮ ਵੀ ਕੀਤਾ, ਇਹਨਾਂ ਦੇ ਸਟਾਰ ਕੋਆਰਡੀਨੇਟਰ ਹੁੰਦੇ ਨਾ ਜਿਹੜੇ ਫੋਨ ਕਰਦੇ, ਮੈਮ ਉੱਠ ਜਾਓ, ਚੱਲ ਪੜੋ, ਪਹੁੰਚ ਜਾਓ। ਬਟ ਸੋ ਸਵੀਟ ਆਫ ਬੋਥ ਆਫ ਦੈਮ, ਇਹਨਾਂ ਨੇ ਬਹੁਤ ਬਹੁਤ, ਕੋਈ ਸਾਨੂੰ ਇਹੋ ਜਿਹੀ ਐਂ ਲੱਗਿਆ ਨਹੀਂ ਕਿ ਆਰਟਿਸਟਾਂ ਵਾਲੀ ਗੱਲ ਆ, ਇਹਨਾਂ ਨੇ ਵੀ ਆਪਣੇ ਆਪ ਤੋਂ ਵੱਧ ਕੇ ਸਾਥ ਦਿੱਤਾ, ਔਰ ਅਸੀਂ ਬੜੇ ਲੱਕੀ ਹਾਂ ਕਿ ਸਾਨੂੰ ਲੱਗਿਆ ਹੀ ਨਹੀਂ। ਅੱਜ ਵੀ ਮਨੀਸ਼ ਭਾਜੀ ਨੇ ਮੈਨੂੰ ਫੋਨ ਕੀਤਾ ਕਿ ਭਾਜੀ ਕਿਵੇਂ ਲੱਗ ਰਿਹਾ ਕਿ ਜਿਵੇਂ ਅੱਜ ਤੁਹਾਡਾ ਵਿਆਹ ਹੋ ਰਿਹਾ। ਅਤੇ ਹੁਣ ਜਦੋਂ ਅਸੀਂ ਭੰਗੜਾ ਪਾ ਰਹੇ ਸੀ, ਸਾਰੇ ਇੰਜੋਏ ਕਰ ਰਹੇ ਸੀ, ਮੈਂ ਭਾਜੀ ਨੂੰ ਕਿਹਾ, ਮੈਂ ਕਿਹਾ ਭਾਜੀ ਬਾਕੀ ਗੱਲ ਅੱਜ ਵਿਆਹ ਦਾ ਮਾਹੌਲ ਬਣਾ ਤਾ ਤੁਸੀਂ, ਸੋ ਅਸੀਂ ਇੰਜੋਏ ਕਰ ਰਹੇ ਹਾਂ, ਨਜ਼ਾਰੇ ਲੈ ਰਹੇ ਹਾਂ ਇਸ ਇਹ ਜਰਨੀ ਦੇ। ਅਸੀਂ ਬਹੁਤ ਖੁਸ਼ ਨਸੀਬ ਹਾਂ, ਰੋਜ਼ ਰੋਜ਼ੀ ਲਈ ਮੈਂ ਬਹੁਤ ਪੋਜ਼ਿਟਿਵ ਹਾਂ, ਬਟ ਮੈਂ ਇੱਕ ਗੱਲ ਕਹਿਣੀ ਚਾਹੂੰਗਾ, ਰਿਜ਼ਲਟ ਕੁਛ ਵੀ ਹੋਵੇ ਮੈਂ ਬੜਾ ਥੈਂਕਫੁਲ ਰਹੂੰਗਾ ਆਪਦੀ ਤਾਂ ਉਮਰ ਕੇ ਇਹ ਫਿਲਮ ਦਾ ਮੈਂ ਹਿੱਸਾ ਸੀਗਾ। ਪ੍ਰੋਡਿਊਸਰ ਪ੍ਰੋਡਿਊਸਰ ਉਹ ਸਭ, ਐਕਚੁਲੀ ਇਹ ਸਭ ਭਾਜੀ ਦਾ ਪਿਆਰ ਹੈ, ਆਸ਼ੀਰਵਾਦ ਹੈ, ਅਸੀਂ ਸਾਰੇ ਇਸ ਫਿਲਮ ਦੇ ਸਿਪਾਹੀ ਹਾਂ, ਔਰ ਅਸੀਂ ਚਾਹੁੰਦੇ ਹਾਂ ਕਿ ਫਿਲਮ ਕਾਮਯਾਬ ਹੋਵੇ। ਗੁਰਨਾਮ ਕੁਲਵੰਤ ਜੀ, ਇੱਧਰ ਸਾਹਮਣੇ ਤੇ ਹੁਣ ਪ੍ਰੋਬਲਮ ਇਹ ਫਿਲਮ ਵਿੱਚ ਇਹ ਹੈ ਕਿ ਬੀਬੀਆਂ ਦੋ ਨੇ ਮੁੰਡਾ ਹੈ ਸਭ ਤੋਂ ਵੱਧ। ਹੁਣ ਇਹ ਵੀ ਬੜਾ ਪਟਾ ਦਾ ਸਵਾਲ ਹੈ ਵੀ ਨਜ਼ਾਰਾ ਕਿਹਦੇ ਨਾਲ ਆਇਆ, ਜੇ ਤੁਸੀਂ ਮਾਲਕ ਕਹਿੰਦੇ ਤਾਂ ਮਾਲਕ ਦੇ ਉੱਤੇ ਉਹਦੇ ਪ੍ਰਾਜੈਕਟ ਕਿਹਦੇ ਤੇ ਕਿੰਨਾ ਕੁ ਵਧੀਆ ਰਿਹਾ ਦੋਨਾਂ ਦਾ ਐਕਸਪੀਰੀਅੰਸ ਤੁਹਾਡਾ? ਤੁਸੀਂ ਨਾ ਐ ਸਵਾਲ ਪੁੱਛਦੇ ਜਿਵੇਂ ਮੇਰੇ ਤਾਇਆ ਜੀ ਮੈਨੂੰ ਇਹੋ ਜਿਹੇ ਸਵਾਲ ਪੁੱਛਦੇ ਆ ਵੀ ਯਾਰ ਤੈਨੂੰ ਨਜ਼ਾਰਾ ਕਿਹੜੀ ਹੀਰੋ ਇੰਨਾ ਜ਼ਿਆਦਾ।
ਸੋ ਐਕਚੁਅਲੀ ਆਪਣੇ ਆਪਣੇ ਦੇਸੀ ਬੰਦਿਆਂ ਦੇ ਇਹੋ ਜਿਹੇ ਸਵਾਲ ਹੁੰਦੇ ਆ। ਆਪਾਂ ਨੂੰ ਬਹੁਤ ਮੈਨੂੰ ਮੇਰੇ ਪਾਪਾ ਪੁੱਛ ਰਹੇ ਸੀ, ਅੱਛਾ ਫਿਰ ਮੁੰਡਾ ਜਾਂਦਾ ਕਿਹੜੀ ਹੀਰੋਇਨ ਨਾਲ? ਮੈਂ ਕਿਹਾ ਮੈਂ ਤੁਹਾਨੂੰ ਹੁਣੇ ਦੱਸਤਾ ਫਿਰ ਤੁਸੀਂ ਫਿਲਮ ਕਿਉਂ ਦੇਖੋਗੇ। ਸੋ ਇਹ ਬਹੁਤ ਸਾਰੇ ਕੁਐਸਚਨ ਨੇ ਅਤੇ ਇਹ ਤੁਹਾਨੂੰ ਫਿਲਮ ਦੇਖ ਕੇ ਹੀ ਪਤਾ ਲੱਗਣਗੇ, ਪਰ ਮੈਨੂੰ ਦੋਨਾਂ ਨਾਲ ਕੰਮ ਕਰਕੇ ਮੈਨੂੰ ਬਹੁਤ ਬਹੁਤ ਲਾਈਫ ਸੇਵਰ ਆਨਸਰ, ਬਟ ਨਹੀਂ ਸੱਚੀ ਮੁੱਚੀ ਵਧੀਆ ਲੱਗਿਆ ਜੀ। ਮੈਂ ਬਹੁਤ ਸਟ੍ਰੇਟ ਫਾਰਵਰਡ ਹਾਂ, ਜੇ ਮੈਨੂੰ ਕੁਛ ਲੱਗਿਆ ਹੁੰਦਾ ਨਾ ਠੀਕ ਤਾਂ ਮੈਂ ਕਹਿ ਦੇਣਾ ਸੀ, ਪਰ ਮੈਨੂੰ ਬਹੁਤ ਚੰਗਾ ਲੱਗਿਆ। ਔਰ ਮੈਂ ਦੋਨਾਂ ਨੇ ਜਦੋਂ ਮੈਂ ਫਿਲਮ ਦੇਖੀ, ਕਿਉਂਕਿ ਮਾਹੀ ਦੀ ਵੀ ਕਹਿ ਸਕਦੇ ਕਿ ਪਹਿਲੀ ਫਿਲਮ ਹੈ ਔਰ ਪ੍ਰਾਂਜਲ ਤਾਂ ਪਹਿਲੀ ਵਾਰੀ ਐਕਟ ਕਰ ਰਹੀ ਹੈ, ਅਤੇ ਕਿਤੇ ਨਾ ਕਿਤੇ ਇਹ ਸਾਰੀਆਂ ਕਾਲਸ ਮੇਰੀ, ਮਨਵੀਰ ਬਾਈ, ਮਨੀਸ਼ ਭਾਅ ਜੀ, ਅਸੀਂ ਸਾਰੇ ਇੱਕ ਦੂਜੇ 'ਤੇ ਐਂ ਕੋਨਫੀਡੈਂਸ ਕਹਿ ਕੇ ਸਟਿੱਕ ਕਰ ਦਿੰਦੇ ਸੀ ਵੀ ਅੱਛਾ ਠੀਕ ਹੈ ਕਰ ਲਓ, ਪਰ ਅਸੀਂ ਤਿੰਨੇ ਜਣੇ ਥੋੜ੍ਹੇ ਜਿਹੇ ਕੌਨਸ਼ੀਅਸ ਸੀਗੇ ਕਿ ਯਾਰ ਆਫਟਰ ਆਲ ਤਾਂ ਫਿਲਮ ਕੋਈ ਖੇਡ ਨਹੀਂ ਗੀ, ਹੈ ਨਾ, ਐਂਡ ਆਫ ਦੀ ਡੇ ਤਾਂ ਤੁਹਾਨੂੰ ਐਕਟ ਕਰਨਾ ਪੈਣਾ, ਉਹ ਕੈਰੈਕਟਰ 'ਚ ਜੈਲ ਹੋਣਾ ਪੈਣਾ, ਉਹ ਕੈਰੈਕਟਰ ਤੁਹਾਨੂੰ ਸੱਚਾ ਲੱਗੂਗਾ, ਤੁਸੀਂ ਤਾਂ ਹੀ ਫਿਲਮ ਨਾਲ ਇਨਸਾਫ ਕਰਦੇ। ਸਾਨੂੰ ਸੀਗਾ ਯਾਰ ਆਪਾਂ ਤਰੀਫਾਂ ਤਾਂ ਬਹੁਤ ਕਰ ਰਹੇ ਹਾਂ ਫਿਲਮ ਦੇਖ ਕੇ, ਜਦੋਂ ਫਿਲਮ ਦਾ ਪ੍ਰੀਵਿਊ ਸ਼ੁਰੂ ਹੋਣਾ ਸੀ ਤਾਂ ਮੇਰੀ ਧੜਕਣ ਸੱਚੀ ਵੱਧ ਗਈ ਵੀ ਕੀ ਬਣੂਗਾ, ਬਟ ਮੈਂ ਮੋਰ ਦੈਨ ਸੈਟਿਸਫਾਈਡ ਇਹਨਾਂ ਦੋਨਾਂ ਦੀ ਪਰਫਾਰਮੈਂਸ ਲਈ। ਤੁਸੀਂ ਕਰੀ ਤਾੜੀਆਂ ਮਾਰੋ, ਇੱਕ ਵਾਰ ਵੀ ਨਹੀਂ ਤੁਹਾਨੂੰ ਲੱਗੂਗਾ ਕਿ ਇਹਨਾਂ ਦੀ ਇਹ ਪਹਿਲੀ ਫਿਲਮ ਆ ਜਾਂ। ਔਰ ਇਹਦਾ ਸਾਰਾ ਕ੍ਰੈਡਿਟ ਆਈ ਥਿੰਕ ਕਿ ਮੈਂ ਸਮਝਦਾ ਕਿ ਐਕਟਰ ਸਾਰੇ ਵਧੀਆ ਹੁੰਦੇ ਆ, ਡਾਇਰੈਕਟਰ ਦੇ ਹੱਥ 'ਚ ਹੁੰਦਾ ਕਿ ਉਹ ਕਿੰਨਾ ਵਧੀਆ ਐਕਟ ਕਢਵਾ ਸਕਦਾ। ਕਈ ਵਾਰੀ ਅਸੀਂ ਵਧੀਆ ਟੇਕ ਦਿੰਦੇ ਹਾਂ, ਉਹ ਟੇਕ ਸਾਡਾ ਲੱਗਦਾ ਨਹੀਂ। ਸੋ ਡੀਓਪੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਔਰ ਡਾਇਰੈਕਟਰ ਸਾਹਿਬ ਨੇ ਸਾਡੇ ਤੋਂ ਕੰਮ ਕਢਵਾਇਆ, ਔਰ ਖਾਸ ਕਰਕੇ ਇਹਨਾਂ ਦੋਨਾਂ ਤੋਂ। ਸੋ ਇਹ ਤਾੜੀਆਂ ਮਨਵੀਰ ਬਾਈ ਦੀਆਂ। ਨਹੀਂ ਇਸ ਤੋਂ ਮਤਲਬ ਤੁਸੀਂ ਭਾਜੀ ਸਵਾਲ ਬੜੇ ਚੁਣ ਕੇ ਪੁੱਛਦੇ, ਸਹੀ ਗੱਲ ਹੈ, ਤੁਹਾਡੇ ਸਵਾਲ ਲਈ ਵੀ ਤਾੜੀਆਂ ਬਣਦੀਆਂ। ਮੈਂ ਐਂਡ ਤੇ ਗਾਣਾ ਸੁਣਾ ਕੇ ਜਾਊਂਗਾ, ਤੁਸੀਂ ਕੁਐਸਚਨ ਕਰ ਲਓ ਫਿਰ ਐਂਡ ਤੇ। ਆਪਾਂ ਇਹ ਮਹਿਫਲ ਨੂੰ, ਸਾਡੇ ਲਈ ਤਾਂ ਮਹਿਫਲ ਹੀ ਆਇਆ ਇਹਦੀ, ਆਪਾਂ ਇਹਨੂੰ ਸਿਖਰ ਤੇ ਆਪਾਂ ਗਾਣੇ ਲਾ ਛੱਡਾਂਗੇ। ਯਾਰ ਸਿੰਪਲੀ ਆਂਸਰ ਇਹ ਹੈ ਕਿ ਪੰਜਾਬ ਦੀ ਆਡੀਅੰਸ ਨੂੰ, ਸਾਨੂੰ ਸਾਰਿਆਂ ਨੂੰ ਯਾਰ, ਮੇਰੇ ਮਦਰ ਨੂੰ ਸੈਡ ਗਾਣਾ ਨਹੀਂ ਪਸੰਦ, ਫਿਲਮ ਤਾਂ ਬਹੁਤ ਦੂਰ ਦੀ ਗੱਲ, ਪਰਿੰਦਾ ਫਿਲਮ ਉਹ ਨਹੀਂ ਦੇਖਦੇ, ਉਹ ਕਹਿੰਦੇ ਮੈਂ 10 ਮਿੰਟ ਵੀ ਨਹੀਂ ਦੇਖ ਸਕਦੀ, ਮੈਂ ਰੋਣ ਧੋਣ ਮੈਨੂੰ ਨਹੀਂ ਪਤਾ ਲੱਗਦਾ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਯਾਰ ਸਿਨੇਮਾ ਖੁਸ਼ੀਆਂ ਲਈ ਬਣਿਆ, ਅਸੀਂ ਜ਼ਿੰਦਗੀ ਦਾ ਸਟ੍ਰੈਸ ਛੱਡ ਕੇ ਸਿਨੇਮਾ 'ਚ ਜਾਂਦੇ ਹਾਂ, ਤਾਂ ਮੈਨੂੰ ਪੋਜ਼ੀਟਿਵ, ਜੇ ਮੈਂ ਤੁਹਾਨੂੰ, ਕਿਉਂਕਿ ਮੈਂ ਸਟੋਰੀ ਨਹੀਂ ਦੱਸ ਸਕਦਾ, ਮੇਰੀ ਗੱਲਾਂ ਨਹੀਂ ਦੱਸ ਸਕਦਾ, ਤਾਂ ਇਹ ਫਿਲਮ ਬਹੁਤ ਤੁਹਾਨੂੰ ਖੁਸ਼ੀਆਂ, ਐਂਟਰਟੇਨਿੰਗ, ਤੁਸੀਂ ਨੱਚੋਗੇ ਗਾਣੇ, ਉਹ ਮਾਹੌਲ ਤੁਸੀਂ ਹੱਸੋਗੇ, ਉਹ ਕੈਰੈਕਟਰਸ ਜਿਹੜੇ ਤੁਹਾਨੂੰ ਬਹੁਤ ਹਸਾਉਣਗੇ, ਮਤਲਬ ਬੰਦਾ ਕਹਿੰਦਾ ਨਾ ਕਿ ਯਾਰ ਠੀਕ ਆ ਵੀ ਮੈਂ ਖੁਸ਼ ਹੋ ਕੇ ਆਇਆ, 2 ਘੰਟੇ ਗਿਆ ਸੀ, ਮੇਰੀ ਜ਼ਿੰਦਗੀ ਦਾ ਸਟ੍ਰੈਸ ਮੈਂ ਭੁੱਲ ਗਿਆ। ਸੋ ਆਈ ਥਿੰਕ ਸਟ੍ਰੈਸ ਬਸਟਿੰਗ ਇਹ ਫਿਲਮ ਹੈ। ਸਾਹਮਣੇ
ਜੀ ਯਾਰ ਮੈਨੂੰ ਨਾ ਡਰ ਲੱਗਦਾ ਮੈਂ ਇਹ ਸਵਾਲ ਦਾ ਜਵਾਬ ਦੇਤਾ ਤੇ ਸਕ੍ਰਿਪਟ ਦਾ ਕੁਛ ਨਾ ਰਹਿ ਜੇ ਕਿਉਂਕਿ ਬਟ ਆਫ ਕੋਰਸ ਰੋਜ਼ ਰੋਜ਼ ਗੁਲਾਬ ਦੀ ਗੱਲ ਗੁਲਾਬਾਂ ਦੀ ਗੱਲ ਹੋ ਰਹੀ ਹੈ ਤਾਂ ਤੁਸੀਂ ਗੈਸ ਕਰ ਹੀ ਸਕਦੇ ਹੋ ਕਿ ਇਹ ਕਿਵੇਂ ਹੋ ਸਕਦਾ ਕਿ ਪਿਆਰ ਦੀ ਗੱਲ ਨਾ ਹੋਈ ਹੋਵੇ ਫਿਲਮ 'ਚ ਸਿਰਫ ਇੰਡੀਆ ਨੀ ਕੈਨੇਡਾ ਓਵਰਸੀਜ਼ ਚ ਵੀ ਜਾ ਰਹੇ ਹਾਂ ਤੇ ਕਿਉਂਕਿ ਉਹ ਕੌਨਫੀਡੈਂਸ ਪ੍ਰੋਡਕਟ ਦੇਖ ਕੇ ਹੀ ਆ ਸਾਨੂੰ ਤੇ ਬਾਕੀ ਇਹ ਭਾਜੀ ਤੁਸੀਂ ਆਨਸਰ ਦਿਓ ਇਸ ਕੁਐਸਚਨ ਦਾ ਨਹੀਂ ਮੈਨੂੰ ਲੱਗਦਾ ਕਿ ਫਿਲਮ ਅਸੀਂ ਜਿਸ ਤਰ੍ਹਾਂ ਪਹਿਲੇ ਕਿ ਸਾਰਿਆਂ ਨੇ ਬਹੁਤ ਦਿਲ ਨਾਲ ਫਿਲਮ ਬਣਾਈ ਹੈ ਸੋ ਜਦੋਂ ਆਪਾਂ ਕੋਈ ਚੀਜ਼ ਦਿਲ ਨਾਲ ਬਣਾਉਂਦੇ ਉਹਨੂੰ ਡੈਫੀਨੇਟਲੀ ਪ੍ਰਮੋਟ ਵੀ ਅਸੀਂ ਦਿਲ ਨਾਲ ਕਰਾਂਗੇ ਔਰ ਟਰਾਈ ਕਰਾਂਗੇ ਕਿ ਉਹ ਬਹੁਤ ਯੂਨੀਕ ਚੀਜ਼ਾਂ ਬਹੁਤ ਨਵੀਆਂ ਚੀਜ਼ਾਂ ਜਿਸ ਤਰ੍ਹਾਂ ਅੱਜ ਦਾ ਇੱਕ ਐਗਜ਼ਾਮਪਲ ਹੈ ਸੋ ਮੋਸਟ ਆਫ ਦਾ ਟਾਈਮ ਆਪਾਂ ਬਹੁਤ ਸਾਰੇ ਗਾਣੇ ਆਪਾਂ ਨੂੰ ਇਹ ਲੱਗਦਾ ਕਿ ਯਾਰ ਲੋਕਾਂ ਨੇ ਯੂਟਿਊਬ 'ਤੇ ਸੁਣ ਹੀ ਲੈਣੇ ਨੇ ਔਰ ਮੀਡੀਆ ਸਾਡੀ ਨਜ਼ਰ 'ਚ ਇੱਕ ਬਹੁਤ ਖਾਸ ਰਿਸਪੈਕਟ ਰੱਖਦੇ ਹਾਂ ਅਸੀਂ ਮੀਡੀਆ ਲਈ ਦੈਟਸ ਵਾਈ ਸਾਨੂੰ ਇਹ ਲੱਗਾ ਕਿ ਯਾਰ ਤੁਸੀਂ ਸਾਡੇ ਪਰਿਵਾਰ ਹੋ ਸਾਰੇ ਸੋ ਅਸੀਂ ਆਡੀਅੰਸ ਤੋਂ ਪਹਿਲੇ ਮੀਡੀਆ ਨੂੰ ਵੀ ਗਾਣਾ ਦਿਖਾਉਂਦਾ ਕਿ ਇਹੀ ਬੇਸਿਕ ਪਰਪਸ ਸੀਗਾ ਫਿਲਮ ਬਹੁਤ ਅਸੀਂ ਵਾਈਡਲੀ ਰਿਲੀਜ਼ ਕਰਾਂਗੇ ਬਹੁਤ ਵੱਡੇ ਲੈਵਲ 'ਤੇ ਪ੍ਰਮੋਟ ਕਰਾਂਗੇ ਔਰ ਹਮੇਸ਼ਾ ਹਰ ਸਟੈਪ 'ਤੇ ਤੁਹਾਡੀਆਂ ਬਲੈਸਿੰਗਸ ਤੁਹਾਡੀਆਂ ਵੈਲ ਵਿਸ਼ਿਜ਼ ਚਾਹੀਦੀਆਂ ਹੋਣਗੀਆਂ ਸੋ 24 ਮਈ ਤੋਂ ਬਾਅਦ ਵੀ ਤੁਸੀਂ ਪਲੀਜ਼ ਫਿਲਮ ਨਾਲ ਜੁੜੇ ਰਹੀ ਹੋ ਇਹ ਰਿਕੁਐਸਟ ਹੈ ਸਾਡੀ ਰੋਜ਼ ਰੋਜ਼ ਅਤੇ ਗੁਲਾਬ ਦੀ ਸਾਰੀ ਟੀਮ ਦੀ ਵੀਰੇ ਬਹੁਤ ਵਧੀਆ ਸਵਾਲ ਹੈ ਤੁਹਾਡਾ ਅਤੇ ਮੈਨੂੰ ਇੱਦਾਂ ਲੱਗਦਾ ਵੀ ਜੇ ਉਹ ਠਹਿਰਦਾ ਕੁਛ ਨਾ ਉਹ ਕਰੈਕਟਰ ਠਹਿਰਦਾ ਅਤੇ ਉਹ ਕਰੈਕਟਰ ਵੀ ਤਾਂ ਠਹਿਰਦਾ ਵੀ ਜਦੋਂ ਐਕਟਰ ਉਹਨੂੰ ਇੰਨਾ ਜ਼ਿਆਦਾ ਵਧੀਆ ਪਰਫੋਰਮ ਕਰ ਲੈਂਦਾ ਤਾਂ ਉਹ ਲੇਖ ਵਿੱਚ ਉਹ ਰਾਜਵੀਰ ਬਣ ਗਏ ਸੀਗੇ ਉਹ ਅਤੇ ਉਹ ਵੇਟ ਉਹ ਕੀ ਕਹਿੰਦੇ ਆ ਐਨਰਜੀ ਉਹ ਵਾਈਬ ਉਹ ਇੰਨੀ ਜ਼ਿਆਦਾ ਵਧੀਆ ਕੈਚ ਕਰ ਲਈ ਸੀ ਇਹਨਾਂ ਨੇ ਤਾਂ ਹੀ ਲੋਕਾਂ ਨੂੰ ਬਹੁਤ ਵਧੀਆ ਪਸੰਦ ਆਇਆ ਨਾ ਉਹ ਕਰੈਕਟਰ ਨਾਲ ਇੰਨਾ ਜ਼ਿਆਦਾ ਜੁੜ ਗਏ ਸੀਗੇ ਤਾਂ ਉਹ ਤਾਂ ਵਰਕ ਕੀਤਾ ਅਤੇ ਜੋ ਰਹੀ ਗੱਲ ਰੋਜ਼ ਰੋਜ਼ੀ ਅਤੇ ਗੁਲਾਬ ਦੀ ਤਾਂ ਇਹਦੇ 'ਚ ਕਰੈਕਟਰ ਟੋਟਲੀ ਡਿਫਰੈਂਟ ਹੈ ਨਾ ਲੇਖ ਨਾਲੋਂ ਅਤੇ ਰੋਮੈਂਸ ਇਹਦੇ 'ਚ ਵੀ ਹੈਗਾ ਹੈ ਨਾ ਬਟ ਇਹਦੇ 'ਚ ਜਿਵੇਂ ਵੀਰੇ ਨੇ ਇੱਧਰ ਕੋਈ ਗੱਲ ਕੀਤੀ ਸੀ ਵੀ ਸ਼ਾਹਰੁਖ ਖਾਨ ਟਾਈਪ ਹੈ ਨਾ ਤਾਂ ਅਸੀਂ ਚਲੋ ਓਡੀ ਵੱਡੀ ਗੱਲ ਨਹੀਂ ਕਰਦੇ ਤਾਂ ਬਟ ਅਸੀਂ ਉਹਨਾਂ ਚੀਜ਼ਾਂ 'ਤੇ ਕਲੋਜ਼ ਜਾਣ ਦੀ ਕੋਸ਼ਿਸ਼ ਕੀਤੀ ਹੈ ਨਾ ਤਾਂ ਵੀ ਇਹਦੇ 'ਚ ਉਹ ਰੋਮੈਂਸ ਵੀ ਕਰ ਰਹੇ ਹੈ ਕੌਮੇਡੀ ਵੀ ਕਰ ਰਹੇ ਹੈ ਸਾਰਾ ਕੁਛ ਕਰ ਰਹੇ ਹਾਂ ਵੀ ਜਿਹੜਾ ਫੈਮਿਲੀ ਨੂੰ ਪਸੰਦ ਆਉਂਦਾ ਤਾਂ ਅਸੀਂ ਉਹ ਚੀਜ਼ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਥੈਂਕ ਯੂ ਜੀ
ਮੈਨੂੰ ਤਾਂ ਐਂ ਲੱਗਦਾ ਜੀ ਇਸ਼ਕ ਤੋਂ ਬਿਨਾਂ ਦੁਨੀਆ ਪੋਸੀਬਲ ਹੀ ਨਹੀਂ ਹੈਗੀ, ਤਾਂ ਗਾਣੇ ਕਿਵੇਂ ਹੋ ਸਕਦੇ ਆ। ਔਰ ਇਹ ਗਾਣਾ ਮੈਂ ਇਸ ਤਰ੍ਹਾਂ ਲਿਖਿਆ ਕਿ ਮੈਨੂੰ ਲੱਗਦਾ ਮਤਲਬ ਮੇਰੇ ਦਾਦਾ ਜੀ ਪਾਕਿਸਤਾਨ ਤੋਂ ਮੂਵ ਹੋਏ ਸੀ ਅਤੇ ਉਹ ਹਮੇਸ਼ਾ ਕਹਿੰਦੇ ਸੀ ਕਿ ਲਾਹੌਰ ਵਰਗਾ ਸੋਹਣਾ ਸ਼ਹਿਰ ਨਹੀਂ, ਅਤੇ ਉਹ ਮੈਨੂੰ ਮੇਰੀ ਗੱਲ ਹਮੇਸ਼ਾ ਦਿਮਾਗ 'ਚ ਰਹੀ। ਅਤੇ ਪੰਜਾਬੀਆਂ ਦੀ ਮਤਲਬ ਪੰਜਾਬੀ ਬੰਦੇ ਨਾਲ ਤੁਸੀਂ ਕਦੀ ਵੀ ਗੱਲ ਕਰ ਸਕਦੇ ਹਾਂ ਤਾਂ ਉਹ ਇਹ ਕਹਿੰਦਾ ਵੀ ਯਾਰ ਸਾਡੀ ਵਰਗੀ ਟੌਰ ਨਹੀਂ, ਹੈ ਨਾ, ਪੰਜਾਬੀ ਹਮੇਸ਼ਾ ਟੌਰ ਦਾ ਮਾਣ ਕਰਦੇ ਆ। ਤਾਂ ਮੈਂ ਉਹ ਲਾਈਨ ਲਿਖੀ ਕਿ ਤੇਰਾ ਮੁੱਖੜਾ ਲਾਹੌਰ ਵਰਗਾ, ਸਾਡੀ ਟੌਰ ਆ ਪੰਜਾਬ ਵਰਗੀ। ਸੋ ਇਸ ਤਰ੍ਹਾਂ ਇਹ ਗਾਣਾ ਬਣਿਆ। ਔਰ ਕਿਉਂਕਿ ਫਿਲਮਾਂ ਦੇ ਗਾਣੇ ਮੈਨੂੰ ਲਿਖਣੇ ਵੀ ਸੌਖੇ ਲੱਗਦੇ ਆ ਕਿਉਂਕਿ ਮੈਂ ਆਲਰੇਡੀ ਉਹ ਕੈਰੈਕਟਰ 'ਚ ਹੁੰਦਾ, ਔਰ ਸ਼ਾਇਦ ਗਾਣੇ ਮੈਨੂੰ ਹੋਰ ਹੈਲਪ ਕਰਦੇ ਆ ਉਹ ਕੈਰੈਕਟਰ ਦੇ ਹੋਰ ਨੇੜੇ ਜਾਣ ਲਈ। ਸੋ ਦੋਨੋਂ ਚੀਜ਼ਾਂ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੀਆਂ। ਅਤੇ ਹਾਂ, ਉਹ ਫਿਲਮ ਦਾ ਜਿਹੜਾ ਇੱਕ ਰੰਗ ਹੈ ਉਹ ਤੁਹਾਨੂੰ ਗਾਣੇ 'ਚ ਦਿਖ ਰਿਹਾ, ਅਤੇ ਉਹ ਸਾਰੇ ਗਾਣਿਆਂ 'ਚ ਹੀ ਦਿਸੇਗਾ। ਮੈਂ ਤੁਹਾਨੂੰ ਇੱਕ ਹੋਰ ਗਾਣਾ ਸੁਣਾ ਦਿੰਦਾ। ਹਾਂ, ਉਹ ਫਿਲਮ ਚੋਂ ਮੇਰਾ ਫੇਵਰੇਟ ਗਾਣਾ, ਸਾਰੇ ਫੇਵਰੇਟ ਨੇ ਪਰ ਉਹ ਥੋੜਾ ਜਿਹਾ ਜ਼ਿਆਦਾ। ਖੌਰੇ ਉਹ ਚੁੰਨੀਆਂ ਨੂੰ ਗੋਟੇ ਲਾਉਂਦੀ ਹੋਣੀ ਐ, ਸ਼ਗਨਾਂ ਦੀਆਂ ਸੁੱਖਾਂ ਸੁੱਖ ਦੀ ਪੋਟੇ ਵਾਉਂਦੀ ਹੋਣੀ ਐ, ਬੁੱਕਲ ਰੱਖ ਸੌਂਦੀ ਹੋਣੀ ਚੰਨ ਸਾਰੇ ਤਾਰੇ ਓ, ਸ਼ੀਸ਼ਿਆਂ ਨੂੰ ਪੁੱਛਦੀ ਹੋਣੀ ਹੁਸਨਾਂ ਦੇ ਬਾਰੇ ਓ, ਸ਼ੀਸ਼ਿਆਂ ਨੂੰ ਪੁੱਛਦੀ ਹੋਣੀ ਹੁਸਨਾਂ ਦੇ ਬਾਰੇ ਓ। ਆਪਕੋ ਯੇ ਨਹੀਂ ਪਤਾ ਮੈਂ ਕਹਾਂ ਸੇ ਹੂੰ ਹੈਂ, ਕਹਿੰਦੇ ਸਾਰਿਆਂ ਨੂੰ ਬਤਾ ਦੋ। ਮੈਂ ਕਿਉਂ ਬਤਾਵਾਂ, ਆਪ ਸਰਚ ਕਰਕੇ ਆਤੇ ਹੀ, ਆਪਕਾ ਕਾਮ ਹੈ। ਪਤਾ ਕਿੰਨਾ ਔਖਾ ਕੰਮ ਹੈ ਇਸ ਇੰਟਰਵਿਊ ਲੈਣਾ, ਮੈਨੂੰ ਪਤਾ ਹੁਣ ਪਤਾ ਲੱਗ ਗਿਆ ਜਦੋਂ ਆਪ ਸ਼ੋਅ ਕਰਨ ਗਏ। ਸਹੀ ਗੱਲ ਹੈ, ਹੁਣ ਮੈਨੂੰ ਪਤਾ ਲੱਗ ਰਿਹਾ। ਹਾਂਜੀ ਹਾਂਜੀ, ਮਾਈ ਦੀ ਮਹਿਫਲ ਆ ਰਹੀ ਹੈ ਅਤੇ ਤੁਸੀਂ ਉੱਥੇ ਜਾ ਕੇ ਦੇਖਿਓ, ਇੱਥੇ ਮੇਰੀ ਰੋਜ਼ ਰੋਜ਼ ਹੀ ਆ ਰਹੀ ਹੈ, ਬਹੁਤ ਕੁਛ ਆ ਰਿਹਾ, ਤੁਸੀਂ ਸਾਰਾ ਕੁਛ ਦੇਖੋ। ਕੀ ਦੱਸਾਂ, ਤੁਸੀਂ ਤਾਂ ਸਵਾਲ ਹੀ ਨਹੀਂ ਕੀਤਾ, ਕੀ ਦੱਸਾਂ। ਤੁਸੀਂ ਹਿਮਾਚਲ ਤੋਂ? ਮੇਰਾ ਹਾਂਜੀ ਬਰਥ ਹਿਮਾਚਲ ਤੋਂ ਹੋਇਆ ਸੀ, ਅਤੇ ਪਰ ਮੈਂ ਮਤਲਬ ਪੰਜਾਬ ਆ ਕੇ ਹੀ ਸਾਰੀ ਸਟੱਡੀ ਵਗੈਰਾ ਜੰਪਲ ਇੱਥੇ ਹੀ ਹੈ ਮੇਰਾ ਸਾਰਾ।